वालेकुम दोस्तों, की हाल चाल है। ਤੁਹਾਡਾ ਮੇਜ਼ਬਾਨ ਰਿਆਜ਼ ਅਹਿਮਦ, ਤੁਸੀਂ ਵੇਖ ਰਹੇ ਹੋ ਸੋਹਣਾ ਪੰਜਾਬ ਟੀਵੀ। ਤੁਹਾਡੇ ਵਾਸਤੇ ਅੱਛੇ ਤੇ ਅਨਮੋਲ ਤੋਹਫੇ ਲੈ ਕੇ ਆਉਂਦਾ। ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਆਸਾਨੀ ਪਹੁੰਚ ਸਕੇ। ਆਪਣਾ ਨੰਬਰ ਹੁੰਦਾ 0349-16-00211, ਵਟਸਐਪ ਨੰਬਰ ਹੈ, ਇਮੋ ਨੰਬਰ ਹੈ। ਆਪਣਾ ਨੰਬਰ ਡਿਸਕ੍ਰਿਪਸ਼ਨ 'ਚ ਲੱਗਿਆ ਹੁੰਦਾ। ਆਪਣੇ ਚੈਨਲ ਨੂੰ ਸ਼ੇਅਰ ਵੀ ਕਰੋ, ਲਾਈਕ ਵੀ ਕਰੋ, ਕਮੈਂਟ ਵੀ ਕਰੋ। ਆਹ ਮੈਂ ਤੁਹਾਡੇ ਸੱਜੇ ਪਾਸੇ ਇੱਕ ਮੈਂ ਖੜੀ ਹੈ, ਪਿਓ ਨੀਲੀ ਦੀ ਮਾਸ਼ਾਅੱਲਾ ਜ਼ਰੂਰ ਪਰਨੀ ਹੈ, ਬੜੀ ਖੂਬਸੂਰਤ ਝੋਟੀ ਹੈ। ਪਹਿਲਣੇ ਜਾਂ ਦੂਜੇ ਮਾਲਕਾਂ ਪੁੱਛ ਲਾਂਗੇ, ਮਾਸ਼ਾਅੱਲਾ ਜ਼ਰੂਰ ਪਰਨੀ ਹੈ। ਇੱਥੇ ਕੈਮਰਾਮੈਨ ਸਾਹਿਬ, ਕਿਸੇ ਕਿਸਮ ਦਾ ਸ਼ੱਕ ਨਾ ਰਹਿ ਜਾਵੇ। ਆਪਣਾ ਸੋਹਣਾ ਪੰਜਾਬ ਟੀਵੀ 'ਤੇ ਇਨਸ਼ਾਅੱਲਾ ਅਨਮੋਲ ਤੋਹਫੇ ਮਿਲਦੇ ਨੇ। ਮਾਸ਼ਾਅੱਲਾ ਨਿੱਕੇ ਨਿੱਕੇ ਸਿੰਘ ਨੇ ਝੋਟੀ ਦੇ, ਤਸੱਲੀਆਂ ਕਰਾ ਦਿਓ। ਇਹ ਮਾਲਕ ਖੁਦ ਹੀ ਤਾਰੀਫ ਕਰੇਗਾ, ਦੂਜਣੇ ਜਾਂ ਪਹਿਲਣੇ ਜਾਂ ਕੀ ਹਿਸਾਬ ਕਿਤਾਬ ਹੈ, ਕੀ ਚੀਜ਼ ਹੈ। ਸਲੇ ਕਰੋ ਕੈਮਰਾਮੈਨ ਸਾਹਿਬ, ਮਾਸ਼ਾਅੱਲਾ ਬਟਨ ਲੱਗੇ ਹੋਏ ਨੇ, ਮੁੱਠ ਮੁੱਠ ਥਾਣ ਲੱਗਿਆ। ਸਲੇ ਕਰਾ ਦਿਓ ਕੈਮਰਾਮੈਨ ਸਾਹਿਬ, ਕਿਸੇ ਕਿਸਮ ਦਾ ਸ਼ੱਕ ਨਾ ਰਹਿ ਜਾਵੇ। ਆਪਣਾ ਸੋਹਣਾ ਪੰਜਾਬ ਟੀਵੀ 'ਤੇ ਇਨਸ਼ਾਅੱਲਾ ਅਨਮੋਲ ਤੋਹਫੇ ਮਿਲਦੇ ਨੇ। ਸਲੇ ਕਰਾਓ ਕੈਮਰਾਮੈਨ ਸਾਹਿਬ, ਕਿਸੇ ਕਿਸਮ ਦਾ ਸ਼ੱਕ ਨਾ ਰਹਿ ਜਾਵੇ, ਤਸੱਲੀ ਕਰਾ ਦਿਓ। ਮਾਸ਼ਾਅੱਲਾ ਮੁੱਠ ਮੁੱਠ ਥਾਣ ਲੱਗਿਆ, ਵਿਰਲਾਂ ਚੰਗੀਆਂ ਨੇ, ਇੱਕ ਗੱਡੀ ਦੀ ਮੱਝ ਹੈ, ਪਿਓਰ ਨੀਲੀ ਦੀ ਮਾਸ਼ਾਅੱਲਾ ਮਲਕਾ ਹੈ। ਤਸੱਲੀ ਕਰਾ ਦਿਓ ਕੈਮਰਾਮੈਨ ਸਾਹਿਬ, ਖੱਬੇ ਜਿੱਡਾ ਵਾਹਨਾ ਮਾਸ਼ਾਅੱਲਾ ਮੱਝ ਦਾ, ਅੱਗੋਂ ਮਾਲਕਾਂ ਨੇ ਦੱਸਣੀ ਹੈ ਡਿਟੇਲ ਸਾਰੀ, ਦੁੱਧ ਕਿੰਨਾ ਦੇ ਰਹੀ ਹੈ, ਕਿੰਨੇ ਦਿਨ ਹੋ ਗਏ ਸੂਈ ਨੂੰ, ਥਾਂ 'ਚ ਮਸਲਾ ਤਾਂ ਨਹੀਂ ਹੈਗਾ, ਫੁਹਾਰਾ ਤਾਂ ਨਹੀਂ ਹੈਗਾ, ਛੱਟਾ ਤਾਂ ਨਹੀਂ ਹੈਗਾ, ਕਿਸੇ ਕਿਸਮ ਦੀਆਂ ਤਸੱਲੀਆਂ ਕਰਾ ਦਿਓ, ਹਰ ਕਿਸਮ ਦੀਆਂ ਤਸੱਲੀਆਂ ਕਰਾ ਦਿਓ ਕੈਮਰਾਮੈਨ ਸਾਹਿਬ। ਅਨਮੋਲ ਤੋਹਫਾ ਮਾਸ਼ਾਅੱਲਾ, ਇਹ ਨੀਲੀ ਦੀ ਮਲਕਾ ਹੈ ਮਾਸ਼ਾਅੱਲਾ। ਇਹ ਮਾਲਕਾਂ ਨੂੰ ਪੁੱਛਣਾ ਦੇ ਕੀ ਹਿਸਾਬ ਕਿਤਾਬ ਹੈ, ਕਿੰਨੇ ਦਿਨ ਹੋ ਗਏ ਸੂਈ ਨੂੰ ਜਾਂ ਸੂਣ ਵਾਲੀ ਹੈ। ਤਸੱਲੀਆਂ ਕਰਾਓ ਕੈਮਰਾਮੈਨ ਸਾਹਿਬ, ਮਾਸ਼ਾਅੱਲਾ ਵਿਰਲਾਂ ਗਿੱਠ ਗਿੱਠ ਦੀਆਂ ਵਿਰਲਾਂ ਨੇ ਮਾਸ਼ਾਅੱਲਾ, ਕੋਈ ਮਰਲੇ ਮਰਲੇ ਨਹੀਂ ਹੈਗੀ, ਕੋਈ ਦੁਹਾੜੇ ਦੁਹਾੜੇ ਨਹੀਂ ਹੈਗੀ, ਕਿ ਪੂਰੀ ਗਿੱਠ ਗਿੱਠ ਦੀ ਵਿਰਲੇ ਮਾਸ਼ਾਅੱਲਾ ਮਾਝ ਦੀ। ਥਾਣ ਬੜਾ ਸੋਹਣਾ ਲੱਗਿਆ ਮਾਸ਼ਾਅੱਲਾ, ਮੁੱਠ ਮੁੱਠ ਥਾਣ ਲੱਗਿਆ। ਤਸੱਲੀ ਕਰਾ ਲਓ ਕੈਮਰਾਮੈਨ ਸਾਹਿਬ, ਇਹ ਭਾਈ ਹਰ ਪੁੱਛ ਲੈਣਾ ਮੈਂ, ਜੋ ਵੀ ਡਿਟੇਲ ਨੇ, ਜੋ ਮਾਮਲਾਤ ਨੇ, ਇਸ ਮਾਝ ਦੀਆਂ ਮਾਲਕ ਦੀਆਂ ਕਹਿਣਾ, ਵੀਡੀਓ ਪਾਉਣ ਤੋਂ ਪਹਿਲੇ ਮਾਲਕ ਨੂੰ ਅੱਗੇ ਲਿਆਵਾਂ ਤੋਂ ਪਹਿਲੇ, ਮਾਲਕ ਬੜੀ ਬੜੀ ਤਾਰੀਫਾਂ ਕਰਦੇ ਨੇਗੀਆਂ, ਅਤੇ ਹੁਣ ਮਾਲਕ ਨੂੰ ਅੱਗੇ ਲਿਆਵਾਂਗੇ, ਮਾਲਕ ਨੂੰ ਸਾਰੀ ਡਿਟੇਲ ਪੁੱਛ ਲੈਂਦੇ ਹਾਂ। ਸਲਾਮ ਭਾਈ। ਵਾਲੇਕੁਮ ਅਸਲਾਮ, ਕੀ ਹਾਲ ਪਾਪ? ਅੱਲਾਹ ਪਾਕ ਦੇ ਕਰਮ ਸ਼ੁਕਰ ਨਾਲ, ਬਿਲਕੁਲ ਅੱਲਾਹ। ਵੀਡੀਓ ਪਾਉਣ ਤੋਂ ਪਹਿਲੇ ਬੜੀ ਬੜੀ ਨਹੀਂ, ਮੈਂ ਤਾਰੀਫ ਕਰਦਾ ਸੀ, ਬੜੀ ਮਾਝ ਚੰਗੀ ਮੇਰੀ ਜੀ ਭਾਈ ਜਾਨ। ਅਤੇ ਹੁਣ ਤੁਸੀਂ ਵੀਡੀਓ ਦੇ ਵਿੱਚ ਜੋ ਕੋਈ ਮੈਂ ਇਹਦੇ ਵਿੱਚ ਦੁੱਧ ਕਿੰਨਾ ਦੇ ਰਹੀ ਹੈ, ਕਿਹੜੀ ਨਸਲ ਦੀ ਹੈ, ਕਿਹੜੀ ਨਸਲ ਜਾਤ ਦੀ ਹੈ, ਆਪੇ ਦੱਸਣਾ ਤੁਸੀਂ, ਮੈਂ ਨਹੀਂ ਗੱਲ ਕਰਦਾ ਜੀ। ਪਿਓਰ ਨੀਲੀ ਦੀ ਮੈਂ ਮਾਸ਼ਾਅੱਲਾ। ਅੱਛਾ। ਮੂੰਹ 'ਚ ਚੌਗੀ ਹੈ, ਪਹਿਲਾ ਸੁਬਾਹ ਸੂਈ ਹੈ, ਕੱਲ ਰਾਤ ਨੂੰ ਸੂਈ ਹੈ, ਨਾੜੂਆ ਬੱਚੇ ਦੇ ਨਾਲ ਹੈ। ਇਹ ਕੁਹਾੜੀ ਸਾਡੇ ਵੱਲ ਰੱਖੀ ਹੈ ਮਾਰਨ ਵਾਸਤੇ? ਨਹੀਂ ਜੀ, ਆਹ ਨਜ਼ਰ ਨੂੰ ਚੰਗੀ ਹੁੰਦੀ ਹੈ, ਹੱਥ 'ਚ ਮਾਸ਼ਾਅੱਲਾ ਆਪਣੀ ਮੈਂ ਢੇਰ ਚੰਗੀ ਹੈ। ਅੱਛਾ, ਢੇਰ ਚੰਗੀ ਹੈ, ਚੌਖੀ ਚੰਗੀ ਹੈ। ਅੱਛਾ, ਬਹੁਤ ਚੰਗੀ। ਅੱਲਾ ਦੇ ਹੁਕਮ ਦੇ ਨਾਲ ਮੈਂ ਇਹਦੀਆਂ ਢਾਕਾਂ ਵੇਖ, ਇੱਕ ਹੱਡੀ। ਅੱਛਾ। ਖੁੱਡਾ ਪੂਛ ਦਾਗੇ ਤਰ੍ਹਾਂ, ਸਿੰਘ ਮੁੱਠ ਮੁੱਠ ਦਾ। ਅੱਛਾ। ਚਿੱਟੀ ਸ਼ੁਪੈਤ ਅੱਖ। ਜੀ ਜੀ। ਗਿੱਠ ਗਿੱਠ ਤੇ ਵਿਰਲਾਂ, ਮੁੱਠ ਮੁੱਠ ਦਾ ਥਾਣ ਜੀ। ਅੱਛਾ ਜੀ। ਕੱਦ ਮੈਂ ਇਹਨੂੰ ਵੇਖ, ਮੂੰਹ 'ਚ ਚੌਗੀ ਹੈ ਜੇ ਤਾਈ ਕੱਟੀ। ਅੱਛਾ, ਕੱਟੀ ਹੈ। ਹਾਂਜੀ, ਮੂੰਹ 'ਚ ਚੌਗੀ। ਅੱਛਾ। ਤੇ ਅੱਲਾ ਮੇਰੇ ਦੇ ਹੁਕਮ ਦੇ ਨਾਲ ਦੋ ਟਾਈਮ ਚਾਰ ਟਾਈਮ ਚਾਹ ਦਿਸਾਂ ਆਪਣੀ, ਮੈਂ 20 ਗੱਡਵੀਆਂ ਦੁੱਧ ਨਾ ਦੇਵੇ ਤੇ ਮੈਂ ਮੁਕਤ। ਹੁਣ ਹਾਜ਼ਰ ਮੁਕ ਕਿੰਨਾ ਚਵਾਵੇਂਗਾ? ਹਾਜ਼ਰ ਮੁਕ ਅੱਜ ਦੂਸਰਾ ਦੇ ਸੂਈ ਨੂੰ। ਅੱਛਾ, ਕਿੰਨਾ ਦੁੱਧ ਦੇ ਰਹੀ ਹਾਜ਼ਰ ਮੁਕ? 16 ਗੱਡਵੀਆਂ ਹੁਣ ਮਰਾ ਦੇ ਸਾਂ ਵਿਰਾ ਨੂੰ, ਦੂਸਰਾ ਦੇ ਸੂਈ ਨੂੰ, ਦੂਸਰਾ ਦਿਨ ਸੂਈ। ਪਹਿਲੇ ਮੈਂ ਚੋਲੋ, ਬਾਅਦ ਵਿੱਚ ਮੁੱਲ ਮੇਰੇ ਨਾਲ ਮੁਕਾ ਲਵੇ ਕੋਈ। ਪਹਿਲੇ ਮੈਂ ਚੋਲੀ, ਬਾਅਦ ਮੁੱਲ, ਬਾਅਦ ਵਿੱਚ ਮੁੱਲ ਮੁਕਾ ਲਵੇ। ਪਹਿਲੇ ਮੈਂ 2-4 ਚੋਲ ਵਿਆ। ਅੱਛਾ। ਉਸ ਤੋਂ ਬਾਅਦ ਮੇਰੇ ਨਾਲ ਮੁੱਲ ਕਰ ਲਵਿਆ। ਅੱਛਾ, ਠੀਕ ਹੋ ਗਿਆ। ਹਾਂਜੀ, ਮਾਸ਼ਾਅੱਲਾ ਫੁੱਟ ਫੁੱਟ ਬਾਹਰ ਨਿਕਲ ਸੀ, ਜਿਵੇਂ ਅਜੇ ਤਾਈ ਖਲ ਵੰਡਾ ਕੋਈ ਸ਼ੈ ਨਹੀਂ ਪਾਈ, ਕੱਚੀ ਮੈਂ ਸੂਈ ਦਿਹਾੜੀ ਦੀ, ਨਾੜੂਆ ਬੱਚੇ ਦੇ ਨਾਲ। ਅੱਛਾ, ਬੱਚੇ ਨਾੜੂਆ ਲਾ ਲੇ, ਨਾੜੂਆ ਕੈਮਰਾਮੈਨ ਸੱਜੇ ਕਰਾ ਦਿਓ। ਇਨਸ਼ਾਅੱਲਾ ਤਾਲਾ ਮੈਂ ਜਿਹੜੀ ਆਪਣੀ 8-10 ਦਿਨਾਂ ਤੋਂ ਲੰਘੀ ਨਾ। ਅੱਛਾ। ਅੱਲਾ ਦੇ ਹੁਕਮ ਦੇ ਨਾਲ ਮੈਂ ਤੁਰਨ ਤੋਂ ਬਾਜ਼ਾਰ ਹੋ ਜਾ ਸੀ। ਪੁੱਤਰ ਆ ਪਿੱਛੇ, ਮੈਂ ਦਾਈਆਂ ਵੜ ਗਿਆ ਪਿੱਛੇ ਟੱਪ ਤੇ। ਕੈਮਰਾਮੈਨ ਸਾਹਿਬ ਸੱਜੇ ਕਰਾ ਦਿਓ। ਤੇ ਇਹ ਭਾਅ ਜਿਹੜੀ ਮੱਝ ਆਪਣੀ ਜੀ ਭਾਈ ਜਾਨ, ਇਹ ਚੰਗੀ ਨਸਲੀ ਮੈਂ, ਪਿਓਰ ਨੀਲੀ ਨਸਲੀ ਮੱਝ ਹੈ ਯਾਰ। ਇਸ ਦੀ ਜਿਹੜੀ ਮਾਂ ਹੈ ਨਾ, ਮੇਰੀ ਘਰ ਦੀ ਮਾਂ ਜਿਹੜੀ, ਇਸ ਦੀ ਮਾਂ ਹੈ। ਅੱਛਾ। 24-25 ਗੱਡਵੀਆਂ ਮੈਂ ਦੁੱਧ ਦਿੰਦੀ ਰਹੀ। ਅੱਛਾ, ਠੀਕ ਹੋ ਗਿਆ। ਅੱਛਾ, ਤੇ ਸਾਰੀ ਮੈਂ ਇਸਨੂੰ ਚੌਗੀ, ਮੂੰਹ 'ਚ ਚੌਗੀ ਹੈ, ਮੈਂ ਸੂਈ ਹੈ, ਚੌਗੀ ਸੂਈ, ਚੌਗੀ ਮੂੰਹ 'ਚ ਚੌਗੀ ਹੈ, ਸੂਆ ਪੈਲਾ ਜੀ। ਅੱਛਾ। ਤੇ ਇਹਦੀ ਮਾਂ ਬਹੁਤ ਜ਼ਿਆਦਾ ਦੁੱਧ ਦਿੰਦੀ ਰਹੀ, ਤੇ ਅੱਲਾ ਦੇ ਹੁਕਮ ਦੇ ਨਾਲ
ਤੇ ਮਦੀਨਿਆਂ ਦੀ ਬਰਕਤ ਨਾਲ ਜਿਹੜਾ ਲੈ ਗਿਆ ਉਹ ਯਾਦ ਜ਼ਿੰਦਗੀ ਚ ਰੱਖੀ ਬਈ ਕੋ ਨੀਲੀ ਦਾ ਤੋਹਫਾ ਲਿਆਂਦਾ ਅੱਛਾ ਨੀਲੀ ਦਾ ਤੋਹਫਾ ਲਿਆਂਦਾ ਹਾਂਜੀ ਮਾਸ਼ਾਅੱਲਾ ਮੈਂ ਇਹਨਾਂ ਡਾਕਾ ਮਗਰੂ ਵੇਖ ਮੈਂ ਇਹਨਾਂ ਲਾਂਬਾ ਕੱਦ ਬੁੱਤ ਅੱਖ ਸਿੰਗ ਕੰਨ ਖੁਰ ਵੇਖ ਜਿਵੇਂ ਘੋੜੇ ਦੇ ਹੋਵਣ ਅੱਛਾ ਸੁੰਬ ਹੁੰਦੇ ਨੇ ਹਾਂਜੀ ਅੱਛਾ ਜਿਵੇਂ ਸੁੰਬ ਹੁੰਦੇ ਨੇ ਘੋੜੇ ਦੇ ਜੀ ਵਿਰਾਲ ਮੈਂ ਪਹਿਲੇ ਮੈਂ ਤਾਂ ਐਡਾ ਕੱਦ ਐਡਾ ਜੱਡ ਐਡੀ ਚੌੜੀ ਕੱਦ ਤੈਨੂੰ ਆਮ ਲੱਭਸੀ ਅੱਛਾ ਆਮ ਨਹੀਂ ਲੱਭੇਗਾ ਆਮ ਅੱਲਾ ਦੇ ਹੁਕਮ ਨਾਲ ਨਹੀਂ ਲੱਭਸੀ ਐਡੀ ਨਸਲੀ ਮੈਂ ਐਡੀ ਨਸਲੀ ਮਾਜੇ ਜੀ ਭਾਈ ਇਹ ਮਾਜੇ ਮੇਰਾ ਵੀ ਤਰੀਫਾ ਬੜੀਆਂ ਕਰਦੀਆਂ ਏ ਜੀ ਭਾਈ ਅੱਗੋ ਜੋ ਹੋਣਾ ਤਰੀਫ ਤਾਂ ਰੱਬ ਦੀ ਹੁੰਦੀ ਏ ਅੱਛਾ ਇਹ ਰੱਬ ਦਾ ਮਾਲ ਇਹਦੀ ਕਿਹੀ ਤਰੀਫ ਗਰੀਬ ਜੇ ਬੰਦਿਆਂ ਦੀ ਕਿਹੀ ਤਰੀਫ ਅੱਛਾ ਤੇ ਤਰੀਫ ਹੁੰਦੀ ਏ ਜਿਸ ਵੇ ਬੰਦਾ ਅੱਖੀ ਤੇ ਅੱਗੋ ਆ ਜਾਵੇ ਮੈਂ ਆਪਣੀ ਮੁੱਲ ਮੁਕਾਵਣ ਤੂੰ ਪਹਿਣਾ ਚੋਲ ਅਵਣ ਅੱਛਾ ਉਹਨਾਂ ਦਾ ਲੂਣ ਨੂੰ ਖੁਸ਼ ਹੋਵੇ ਤਾਂ ਲੈ ਜਾਵਣ ਨਹੀਂ ਤਾਂ ਕੋਈ ਹੱਲ ਨਾ ਲੈ ਕੇ ਜਾ ਬਿਲਕੁਲ ਕੋਈ ਮੌਕੇ ਤੇ ਆਵੇ ਕੋਈ ਆਪਾਂ ਨੂੰ ਵੀਰ ਦਾ ਪੈਸੇ ਕਾਉਂਟ ਚ ਕਰਵਾ ਦੇ ਮੌਕੇ ਤੇ ਆ ਜਾਵੇ ਮੇਰਾ ਤਾਂ ਦਿਲ ਹੈ ਮੌਕੇ ਤੇ ਬੰਦਾ ਆਣ ਤੇ ਮੈਂ ਆਪਣੀ ਚੋਵੇ ਅੱਛਾ ਠੀਕ ਹੈ ਬਿਹਤਰ ਚੰਗਾ ਬਿਹਤਰ ਮੁੱਲ ਬਾਦ ਅਜ ਮੁਕਾਸਾਂ ਜਦੋਂ ਮੇਰੀ ਮੈਂ ਚੋ ਤੇ ਉਠੀਵੇ ਮੁੜ ਸੁਣੋ ਆਖਸਾਂ ਮੈਂ ਮੇਰੀ ਦਾ ਮੁੱਲ ਕੀ ਹੈ ਕੀ ਮੁੱਲ ਹੈ ਐਵੇਂ ਗੱਲਾਂ ਨਾਲ ਨਹੀਂ ਜੀ ਠੀਕ ਹੋ ਗਿਆ ਜੀ ਤਾਂ ਹੁਣ ਮੇਰਾ ਵੀਰ ਰਹਿੰਦਾ ਇਹ ਜਿਹੜੇ ਆ ਜੀ ਇਹ ਬਟਨ ਲੱਗੇ ਖੜਨਾ ਹੈ ਬਟਨ ਅੱਛਾ ਇਹ ਮਾਸ਼ਾਅੱਲਾ ਆ ਵੇਖੀ ਨਾ ਆ ਸਾਰਾ ਚੱਡਾ ਪੋਲਾ ਅੱਛਾ ਪੋਲਾ ਕੋਈ ਇਹ ਸ਼ਾਮ 4:30-4:30 ਵਜੇ ਜਿਵੇਂ ਜਿਵੇਂ ਘੰਟਾ ਪਿਆ ਅੱਛਾ ਮੈਂ ਟੁਰਨ ਤੋਂ ਬਾਜ਼ਾਰ ਹੋ ਜਾ ਸੀ ਪੱਕੀ ਗੱਲ ਹੈ ਯਾਰ ਅੱਲਾ ਮੇਰੇ ਦੇ ਹੁਕਮ ਦੇ ਨਾਲ ਝੂਠਣਾ ਵੇਖ ਲੈ ਵੀ ਝੂਠ ਮਾਰ ਯਾਰ ਮੇਰਾ ਵੀਰ ਝੂਠ ਮਾਰ ਤੇ ਰੋਜ਼ ਹੀ ਡੰਗਰ ਵੇਚਣਾ ਲਾਨਾ ਤੋਂ ਸਬੰਧਤ ਤੇ ਅੱਛਾ ਲਾ ਦੇ ਇਨਸ਼ਾਅੱਲਾ ਤਾਲਾ ਮੈਂ ਜਿਹੜਾ ਬੰਦਾ ਲੈ ਗਿਆ ਜ਼ਿੰਦਗੀ ਦੇ ਵਿੱਚ ਯਾਦ ਰੱਖੀ ਵੀ ਕਿਸੇ ਬੰਦੇ ਕੋਲੋਂ ਮੈਂ ਲਿਆਂਦੀ ਬਿਲਕੁਲ ਬਰੀਕ ਮਾਜੇ ਯਾਰ ਕਾਗਜ਼ ਤਰ੍ਹਾਂ ਤੇ ਰੇਸ਼ਮ ਤਰ੍ਹਾਂ ਮਾਸ਼ਾਅੱਲਾ ਇਹਦੇ ਵੇਖੋ ਤੇ ਅਸਲ ਨੀਲੀ ਦੀ ਏ ਪਿਓਰ ਨੀਲੀ ਦੀ ਏ ਜਿਸ ਡਾਕਟਰ ਕੋ ਚੈੱਕ ਕਰਾਵੇ ਜਿਸ ਬੰਦਾ ਬਿਰਾ ਕੋਈ ਸ਼ੱਕ ਕਰੇ ਬਈ ਰਾਵੀ ਦੀ ਏ ਜਾਂ ਇਸ ਇਲਾਕੇ ਦੀ ਏ ਉਹ ਬਿਸ਼ੱਕ ਇੱਥੇ ਮੇਰੇ ਕੋਲ ਆ ਜਾਵੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਦੇਸਾਂ ਕੋਈ ਡਾਕਟਰ ਆ ਜਾਵੇ ਕੋਈ ਸਿਆਣਾ ਆ ਜਾਵੇ ਮੈਂ ਨੀਲੀ ਤੂੰ ਅਲਾਵਾ ਕਿਸੇ ਹੋਰ ਇਲਾਕੇ ਦੀ ਬਣਾ ਦੇਵੇ ਤੇ ਮੈਂ ਫਰੀ ਦੇਈ ਫਰੀ ਦੇਵਾਂਗਾ ਬਿਲਕੁਲ ਜੀ ਠੀਕ ਹੋ ਗਿਆ ਹਾਂਜੀ ਤੋੜੇ ਆਪਾਂ ਜੀ ਤਰੀਫਾਂ ਬੜੀਆਂ ਕਰ ਲਈਆਂ ਅੱਲਾ ਦਾ ਮਾਲ ਹੈ ਅੱਲਾ ਪਾਕ ਜਿਹੜਾ ਜਾਵੇ ਨਸੀਬਾਂ ਹੀ ਕਰੇ ਹਾਂਜੀ ਹਾਂਜੀ ਠੀਕ ਹੈ ਤੇਰਾ ਵੀ ਮਾਲ ਹੈ ਠੀਕ ਹੈ ਜੀ ਭਾਈ ਹੁਣ ਮੈਨੂੰ ਪੱਕੇ ਪੈਸੇ ਦੱਸ ਜਿੱਥੇ ਆਪਾਂ ਵੇਚ ਲਈਏ ਲਾਲਾ ਪੱਕੇ ਤੈਨੂੰ ਪੈਸੇ ਦੱਸਾਂ ਪੱਕੀਆਂ ਗੱਲਾਂ ਕਰਨੀਆਂ ਨੇ ਲੋਕਾਂ ਕੋਲ ਤਾਂ ਮੁੱਲ ਮੰਗਦਾ ਵੀ ਉਹ 4 ਲੱਖ ਹੈ 4 ਲੱਖ ਸੁਣ ਲੈ ਮੇਰੀ ਗੱਲ ਜੀ ਠੀਕ ਹੋ ਗਿਆ 3 ਲੱਖ ਤੇ 60,000 ਦੀ ਮੈਂ ਦਿਸਾਂ ਆਪਾਂ 3 ਲੱਖ 60,000 60 ਦੀ ਤੇ ਇਸ ਵਿੱਚ ਪਿਆਰ ਮੁਹੱਬਤ ਕਿੰਨਾ ਲਾਹੌਰ ਦਾ ਕਰਾਇਆ ਗੁਜਰਾਲੇ ਦਾ ਸਿਆਲਕੋਟ ਦਾ ਕਰਾਚੀ ਕੋਈ ਕੋਈ ਪਿਆਰ ਮੁਹੱਬਤ ਕੋ ਕਰ ਲਿਸਾਂ ਕਿਉਂ ਸੌਦਾ ਹੈ ਆਪਣੇ ਘਰ ਦੀ ਅੱਲਾ ਉਹਨਾਂ ਨੂੰ ਜਿਹੜਾ ਲੈ ਜਾਵੇ ਉਹਦੇ ਨਸੀਬਾਂ 'ਚ ਕਰੇ ਤੇ ਮਾਸ਼ਾਅੱਲਾ ਮੂੰਹ ਚੌਗੀ ਐਡੀ ਮੈਂ ਪਹਿਲੇ ਆਮ ਨਹੀਂ ਲੱਭਣੀ ਆਮ ਨਹੀਂ ਲੱਭਣੀ ਅੱਲਾ ਦੇ ਹੁਕਮ ਨਾਲ ਪੂਰਾ ਇਲਾਕਾ ਨੀਲੀ ਦਾ ਫਿਰ ਲੈ ਐਡੇ ਕੱਦ ਮੈਂ ਦੀਆਂ ਢਾਕਾਂ ਮੈਂ ਦੀ ਹੱਡੀ ਇੱਕ ਅੱਛਾ ਆ ਵੇਖ ਅੱਛਾ ਠੀਕ ਹੋ ਗਿਆ ਅੱਗੋਂ ਮੈਂ ਨੀਵੀਂ ਪਿੱਛੂ ਉੱਚੀ ਸੀਰ ਸਾਹੂਏ ਮਾਜੇ ਠੀਕ ਹੋ ਗਿਆ ਮਾਸ਼ਾਅੱਲਾ ਚੁਆ ਬੱਚਾ ਬਹਿ ਜਾਵੇ ਡੁੱਖੇ ਡੁੱਖੇ ਜਿਹੜਾ ਅੱਛਾ ਠੀਕ ਹੋ ਗਿਆ ਛੱਟਾ ਫਾਰਾ ਕੋਈ ਨਹੀਂ ਜੀ ਜੀ ਬਿਲਕੁਲ ਐਨ ਪੋਲੀ ਰੇਸ਼ਮ ਤਰ੍ਹਾਂ ਬਿਲਕੁਲ ਸੀਰ ਸਾਹੂ ਮਾਜੇ ਬਿਲਕੁਲ ਐਨ ਡੰਗਾ ਹੀ ਨਾ ਪਾ ਕਰਮਾਜ ਦੇ ਥੱਲੇ ਬਹਿ ਜਾ ਠੀਕ ਹੋ ਗਿਆ ਤੇ ਇਹਦਾ ਚੱਡਾ ਜਿਹੜਾ 2 ਫੁੱਟ ਚੌੜਾ ਵਾਕਿਆ ਹੈਗਾ ਯਾਰ ਹੁਣ ਤੁਹਾਡੀਆਂ ਅੱਖੀਂ ਦੇ ਸਾਹਮਣੇ ਜਿਗਰ ਕਿਉਂ ਬਈ ਤੁਹਾਡੀਆਂ ਅੱਖੀਂ ਦੇ ਸਾਹਮਣੇ ਇੱਥੇ ਗਿੱਠਾ ਮਾਰ ਲਓ ਜਾਂ ਇੱਥੇ ਫੁੱਟ ਮਾਰ ਲਓ ਵੀ ਕਿਤੇ ਫੁੱਟ ਕਿਹਤੀਆਂ ਗਿੱਠਾਂ ਨੇ ਕਿਤੇ ਉਂਗਲੇ ਨੇ ਤੁਹਾਡੀਆਂ ਸਾਹਮਣੇ ਅੱਖੀਂ ਦੇ ਖਲੋਤੀ ਹੈ ਜੀ ਜੀ ਨੀਲੀ ਬਲਕਾ ਇਨਸ਼ਾਅੱਲਾ ਤਾਲਾ ਜਿਹੜਾ ਲੈ ਗਿਆ ਬਿਲਕੁਲ ਕੋਈ ਵਾਧਾ ਨੀ ਕੋਈ ਗੱਟ ਨੀ ਕਿਸੇ ਅਮਰ ਦਾ ਸੋਨੇ ਤਰ੍ਹਾਂ ਮਾਸ਼ਾਅੱਲਾ ਅੱਲਾ ਦੀ ਹਯਾਤੀ ਕਰੇ ਬਿਲਕੁਲ 16 ਦਿਲ ਚ ਠੰਡ ਪਾਵੇ ਤੇ ਮੈਂ ਲੈ ਜਾਵਾਂ ਨਹੀਂ ਤਾਂ ਮੱਝ ਨਾ ਲੈ ਜਾਵਾਂ ਠੀਕ ਹੋ ਗਿਆ ਹਾਂਜੀ ਤੇ 2,60,000-3,60,000 ਰੁਪਈਆ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਫੁੱਲ ਫੁੱਲ ਹੋਵੇਗਾ ਕੈਮਰਾਮੈਨ ਸਾਹਿਬ ਪਿਓ ਨੀਲੀ ਝੋਟੀ ਹੈ ਮਾਲਕ ਨੇ ਬੜੀਆਂ ਇਹਦੀਆਂ ਤਸੱਲੀਆਂ ਦਿੱਤੀਆਂ ਨੇ ਮਾਲਕ ਕਹਿੰਦਾ ਪਿਓ ਨੀਲੀ ਦੀ ਹੈ ਇਹਦਾ ਕਿਸੇ ਕਿਸਮ ਦਾ ਸ਼ੱਕ ਨਾ ਲਿਆ ਜਾਵੇ ਆਪਣਾ ਸੋਹਣਾ ਪੰਜਾਬ ਟੀਵੀ 'ਤੇ ਇਨਸ਼ਾਅੱਲਾ ਅਨਮੋਲ ਤੋਹਫੇ ਮਿਲਦੇ ਨੇ ਆਪਣਾ ਸੋਹਣਾ ਪੰਜਾਬ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਕਮੈਂਟ ਵੀ ਕਰੋ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਆਸਾਨੀ ਪਹੁੰਚ ਸਕੇ
है मगर कट्टी जाते तसलिया करा दो कैमरामैन साहब मुठ मुठ थान लग्या माशाल्लाह गिठ गिठ दी विरलां ने कोई किले किले विरल नहीं हैगी कोई फक्की नहीं वेचदी असीं ना इन्नी गल्लां करनियां ना साढ़े उच्चा बोलिया जाता है ठीक है। अपना चैनल सोहना पंजाब टीवी ते इंशाल्लाह अनमोल तोहफे मिलते हैं। अपना नंबर होंगे 0349-16-00211 वट्सअप नंबर ईमो नंबर है। मिलांगे अगली वीडियो चो अल्लाह निगेबान पाकिस्तान जिंदाबाद।